ਪਰ ਮੁਸਲਮਾਨਾਂ ਵਿੱਚ ਕਰਬਲ ਦੇ ਕਾਨੂੰ ਉਹਨਾਂ ਦਿੱਤਾ ਬਦਲਾ ਬਿਸਮਿਲਾ ਬਿਸਮਿਲਾ ਵਾਹ ਲੋਕਾਂ ਲੱਖ ਦਫਾ ਨੌਕਰ ਪੜੇ ਸਦਾਏ ਪਰ ਮੁਸਲਮਾਨਾਂ ਵਿੱਚ ਕਰਬਲ ਦੇ ਕਾਨੂੰਨ ਦਿੱਤਾ ਬਦਲਾ ਕਿਵੇਂ ਕਾਨੂੰਨ ਬਦਲਾ ਕਿਫਾਇਤ ਮੇਰਾ ਮਤਲਬ ਪਰ ਮੁਸਲਮਾਨਾਂ ਵਿੱਚ ਕਰਬਲ ਦੇ ਕਾਨੂੰਨ ਦਿੱਤਾ ਬਦਲਾਏ ਕਿਵੇਂ ਉਹ ਕੀਤਾ ਕਤਲ ਨਾਦਾਨ ਕੂ ਤਰਵਾਰੀ ਤਰਵਾਰੀ ਦੀ ਮਾਤੇ ਭੇੜ ਗਵਾਏ ਪਹਿਲੇ ਤੀਰ ਲਗਾ ਕਬਰ ਪਟੇ ਕੀ ਖੰਜਰ ਦੇਂਦਾ ਲੱਜੂਦਾ ਜੀ ਆਖਾ ਜੀ ਆਖਾ ਬਿਸਮਿਲਾ ਪਰ ਮੁਸਲਮਾਨਾਂ ਵਿੱਚ ਕਰਬਲ ਦੇ ਕਾਨੂੰਨ ਦਿੱਤਾ ਬਾਈ ਆਦਾ ਇਹੋ ਲਫ਼ਜ਼ ਬਲਾ ਪਾਲ ਓ ਕੀਤਾ ਕਤਲ ਨਾਦਾਨ ਮਾਦਾ ਵਸ ਜੋਨਵੀਲ ਤਰਵਾਰੀ ਦੀ ਮਾਤ ਭੇੜ ਗਵਾਏ ਪਹਿਲੇ ਤੀਰ ਲਗਾ ਵਾਲ ਕਬਰ ਪਟੇ ਕੀਤਾ ਖੰਜਰ ਦੇਣਾ ਲੱਜੂਦਾ ਬਿਸਮਿਲਾ ਪਹਿਲੇ ਤੀਰ ਲਗਾ ਵਾਲ ਕਬਰ ਪਟੇ ਕੀਤਾ ਖੰਡਰ ਦੇਣ ਜੁਦਾ ਬਿਸਮਿਲਾ ਕਰਾ ਮੈਂ ਬਿਸਮਿਲਾ ਕਰਾ ਮੈਂ ਲੋਕਾਂ ਦਾ ਮੇਰਾ ਦਿਲ ਪਿਆ ਇੱਕ ਬੰਗ ਬੜਾ ਦਾ ਵਾਲੇ ਕਬਰ ਪਟੇ ਕੀਤਾ ਖੰਜਰ ਦੇਣ ਲੱਜੂਦਾ ਇੱਕ ਹੋਰ ਬੰਗ ਪੜਦਾ ਸਾਹਿਬ ਔਲਾਦ ਬੈਠੋ ਇਹ ਬੰਦ ਚ ਫਿਤਰਤ ਲਿਖੀਏ ਸਫ਼ਰ ਤੂੰ ਘਰ ਵਿੱਚ ਆਵੇ ਥੀਂਦੀ ਦੂਰ ਥਕਾਨ ਮੁਸਾਫਿਰ ਦੇ ਜਦਾ ਛੋਟੇ ਬਾਲ ਚਾਵੇ ਬਿਸਮਿਲਾ ਥੀਂਦੀ ਦੂਰ ਥਕਾ ਮੁਸਾਫਿਰ ਦੇ ਜਦਾ ਛੋਟੇ
ਜਾਂ 71 ਲਾਸ਼ ਚਾਹੀਏ ਉਹੀ ਤਾਂ ਥੱਕਾ ਵੱਡਾ ਪੁੱਤਰ ਗੁਹਾਵੇ ਹੱਦ ਮੁੱਕ ਗਈ ਏ ਇਹਦੇ ਗੁਰਬਤ ਦੇ ਖੜਾ ਕਬਰ ਵੀ ਆ ਪੁੱਬੜਾ ਬਿਸਮਿਲਾ ਬੜਾ ਲੰਬਾ ਸਫ਼ਰ ਕਰਨਾ ਹੈ ਹਿੱਸਾ ਮਿਲ ਗਏ ਮੈਂ ਮੁਕੈਂਦਾ ਪਿਆ ਇਤਨੇ 100 ਸਾਲ ਦੇ ਬਾਅਦ ਇੰਨ ਵਧੇ ਰੋਂਦੇ ਹੋ ਝੂਲਾ ਬਰਾਮਦ ਕਰੇਂਦੇ ਹੋ ਸ਼ਨੀਰ ਮਰੇਂਦੇ ਹੋ ਮਾਤਮ ਕਰੇਂਦੇ ਹੋ ਕਿਹੜਾ ਦਰਦ ਹੈ ਇਹੋ ਦਰਦ ਹੈ ਨਾ ਜੰਗ ਥਏ ਨਾ ਲੜਾਏ ਕਰ ਬਲ ਜ਼ੁਲਮਤਿਆ ਨਾ ਜੰਗ ਥਏ ਨਾ ਲੜਾਏ ਕਰ ਬਲ ਜ਼ੁਲਮਤਿਆ ਨਾ ਜੰਗ ਥਏ ਨਾ ਲੜਾਏ ਬਿਸਮਿਲ੍ਲਾ ਪਿੰਨੋ ਬਾਬੁਲ ਹਵਾਇਜ਼ ਦਾ ਮਸਾਇਬ ਹੈ ਨਾ ਲੜਾਏ ਕਰ ਬਲ ਜ਼ੁਲਮਤਿਆ ਕਰੋ ਸਵਾਲ ਸ਼ਾਹ ਸਾਹਿਬ ਤੂੰ ਬਲਾ ਬਲਾ ਨਾ ਜੰਗ ਆਈ ਨਾ ਲੜਾਈ ਆਈ ਕਰ ਬਲਾ ਜ਼ੁਲਮ ਥਾਏ ਜ਼ੁਲਮ ਦਾ ਕੋਈ ਸਬੂਤ ਹੋ ਨਿੱਕੇ ਬੱਚਾ ਲਾਈ ਤੂੰ ਵੱਡਾ ਸਬੂਤ ਹੀ ਕੋਈ ਨਹੀਂ ਇਸਲਾਮ ਦਸਾ ਪਿਉ ਭਈਆ ਤਾਂ ਨਾ ਚਾਹੇ ਜੀਆ ਖਾ ਬਿਸਮਿਲ੍ਲਾ ਮੈਂ ਬਿਸਮਿਲ੍ਲਾ ਕਰਾਂ ਮੈਂ ਬਿਸਮਿਲ੍ਲਾ ਕਰ ਹੱਥ ਨਾ ਬੰਨੋ ਇਸਲਾਮ ਦਸਾਏ ਪਿਉ ਮਈਆ ਤਾਂ ਨਾ ਚਾਹੇ ਇਸਲਾਮ ਦਸਾਏ ਪਿਉ ਮਈਆ ਤਾਂ ਨਾ ਚਾਹੇ ਇਸਲਾਮ ਦਸਾਏ ਪਿਉ ਮਈਆ ਤਾਂ ਨਾ ਚਾਹੇ ਨਾ ਕਫਨ ਪਵਾਏ ਨਾ ਕਬਰ ਬਣਾ ਨਾ ਖੁਦ ਦਫਨਾਏ ਨਾ ਮਿੱਟੀ ਪਾਏ ਕੀ ਤਾਂ ਸਭ ਕੁਝ ਚੰਨ ਸਹਾਰਾਏ ਮੈਂ ਬਿਸਮਿਲ੍ਲਾ ਕਰਾਂ ਮੈਂ ਬਿਸਮਿਲ੍ਲਾ ਕਰਾਂ ਮੈਂ ਨੌਕਰ ਮੈਂ ਖਾਦਮਾ ਮੈਂ ਬਿਸਮਿਲ੍ਲਾ ਕਰਾਂ ਇਸਲਾਮ ਦਸਾਏ ਪਿਉ ਮਈਆ ਤਾਂ ਨਾ ਚਾਹੇ ਇਸਲਾਮ ਦਸਾਏ ਨਾ ਚਾਹੇ ਨਾ ਕਫਨ ਪਵਾਏ ਨਾ ਕਬਰ ਬਣਾਏ ਨਾ ਖੁਦ ਦਫਨਾਏ ਨਾ ਮਿੱਟੀ ਪਾਏ ਕੀਤਾ ਸਭ ਕੁਝ ਚੰਨ ਸਹਾਰਾਏ ਮੇਰੇ ਵਤਨ ਦੇ ਸ਼ਰੀਫਾ ਉਹ ਸੈਯਦਾ ਤੋੜੇ ਮੇਰਾ ਘਰ ਈ ਟਾਈਮ ਤੇਰਾ ਮਹਿਮਾਨ ਆ ਕਰਬਲਾ ਦੀ ਦਾਵੀਂ ਦਾਵੀਂ ਹਾਰ ਦੀ ਆਈ ਰੇਤ ਮਿੱਸੇ ਲੰਗਾਰਾਂ ਦੇ ਗਰਮ ਆਈ ਵੈਣ ਕਰੇਂਦਾ ਇੱਕ ਲਫ਼ਜ਼ ਪੜਦਾ ਸਵਾਲ ਕਰੇਂਦਾ ਵੈਣ ਦੀ ਸ਼ਕਲ ਜਿਹਦੇ ਜ਼ਿਹਨੀ ਜਵਾਬ ਬਣੇ ਕੂਕ ਮਾਰ ਕੇ ਗਵਾਹੀ ਦੇ ਸੀ ਕਿਹੜਾ ਸਵਾਲ ਏ ਪਿਉ ਦਫਾਨ ਕੀਤਾ ਲੋਕ ਸਮਾਨ ਦਿੱਤਾ ਬਿਸਮਿਲ੍ਲਾ ਬਿਸਮਿਲ੍ਲਾ ਕਹਿ ਸਮਾਨ ਦਿੱਤਾ ਮੈਂ ਨੌਕਰ ਮੈਂ ਨੌਕਰ ਮੈਂ ਨੌਕਰ ਪਿਉ ਦਫਾਨ ਕੀਤਾ ਲੋਕ ਸਮਾਨ ਦਿੱਤਾ ਪਿਉ ਦਫਾਨ ਕੀਤਾ ਲੋਕ ਸਮਾਨ ਦਿੱਤਾ ਪਿਉ 70 ਸਮਝੇ ਸਮਾਨ ਦਿੱਤਾ ਪਿਉ ਦਫਾਨ ਕੀਤਾ ਲੋਕ ਸਮਾਨ ਦਿੱਤਾ ਗਏ ਸ਼ਾਮੀ ਆ ਹੱਥ ਨੇ ਦਿੱਤੀ ਕਬਰ ਖੜ ਬਈ ਖੜ ਬਈ ਬਿਸਮਿਲ੍ਲਾ ਬਿਸਮਿਲ੍ਲਾ ਮੈਂ ਨੌਕਰਾਂ ਬਾਈ ਦਾ ਮੈਂ ਨੌਕਰਾਂ ਪਿਉ ਦਫਾਨ ਕੀਤਾ ਲੋਕ ਸਮਾਨ ਦਿੱਤਾ ਪਿਉ ਦਫਾਨ ਕੀਤਾ ਲੋਕ ਸਮਾਨ ਗਏ ਸ਼ਾਮੀ ਆ ਹੱਥ ਨੇ ਦਿੱਤੀ ਕਬਾਰ ਹਲਾ ਖੜੀ ਦੇ ਧੀ ਦਿੱਤਾ ਸਾਂਗ ਤੇ ਭੇਣ ਨੇ ਭਾਈ ਜੀਆ ਖਾ ਜੀਆ ਖਾ ਬਿਸਮਿਲ੍ਲਾ ਬਿਸਮਿਲ੍ਲਾ ਮੈਂ ਨੌਕਰਾਂ ਪਿਉ ਦਫਾਨ ਕੀਤਾ ਲੋਕ ਸਮਾਨ ਦਿੱਤਾ ਪਿਉ ਦਫਾਨ ਕੀਤਾ ਲੋਕ ਸਮਾਨ ਦਿੱਤਾ ਗਏ ਸ਼ਾਮੀਆ ਹੱਥ ਨੇ ਚਾਨਿਤ ਕਬਰ ਖੜੀ ਦੇ ਧੀਆਂ ਦਿੱਤਾ ਸਾਂਗ ਤੇ ਭੇਣ ਨੇ ਭਾਏ ਰੋਵਾਂਡੇ 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 ਮੈਂ ਬਿਸਮਿਲ੍ਲਾ ਕਰਾਂ ਮੈਂ ਬਿਸਮਿਲ੍ਲਾ ਕਰਾਂ
ਮੈਂ ਬਿਸਮਿਲ੍ਲਾ ਮੈਂ ਨੌਕਰਾ ਮੈਂ ਕਿਫਾਇਤ ਡਾਕਟਰ ਸਾਹਿਬ ਨੌਕਰਾ ਪਿਓ ਦਫਾਨ ਕੀਤਾ ਲੋਕਾਂ ਸਮਾਨ ਹੱਥ ਬੱਧੀ ਖੜੋਤਾ ਰਾਂਝਣਾ ਇੱਥੇ ਆਏ ਹੱਥ ਬੱਧੀ ਖੜੋਤਾ ਰਾਂਝਣਾ ਇੱਥੇ ਆਉਣਾ ਵਲਾ ਵਲਾ ਦਫਨ ਦੀ ਗੱਲ ਆ ਗਈ ਏ ਦਫਨ ਦਾ ਇੱਕ ਬੰਦ ਏ ਬਹੁਤ ਪੁਰਾਣਾ ਜੀ ਆ 60-70 ਸਾਲ ਪਹਿਲੇ ਦਾ ਲਿਖਾ ਹੋਇਆ ਕੱਚੀ ਦੇ ਕਾਇਮ ਬਜ਼ੁਰਗ ਦਾ ਦਫਨ ਦਾ ਬੰਦ ਏ ਮੇਰਾ ਦਿਲ ਲੱਗਦਾ ਏ ਬਾਣੀਆਂ ਦੀ ਤੁਹਾਡੀ ਮਨਜ਼ੂਰੀ ਦੇਖ ਕੇ ਛੁੜੇ ਦਾ ਨਾਂ ਜ਼ਰੂਰ ਪੜਦਾ ਸਯਾਦਾ ਦੇ ਰਬਾਬ ਮੇਰਾ ਰਿਹਾ ਕੋਈ ਨਹੀਂ ਮੇਰੀ ਫੌਜ ਮੁੱਕ ਗਈ ਅੱਬਾਸ ਕੰਬਲ ਤੋੜ ਗਏ ਅਕਬਰ ਮੇਰੀ ਦੀਦ ਮੁਕਾ ਗਏ ਮੇਰਾ ਕੋਈ ਨਹੀਂ ਰਿਹਾ ਇੱਕ ਲਾਜ਼ਾ ਮਿੰਨਤ ਲਾ ਅਸਗਰ ਚਾਹ ਮੈਂ ਦੀ ਕਬਰ ਬੜੈਂਦਾ ਪੁਰਾਣਾ ਬੰਦੇ ਤੇਰੇ ਬਾਲੀ ਗਲੀਆਂ ਚ ਪੜਦੇ ਵਜਨ ਮੈਂ ਨੌਕਰਾ ਆਦਿ ਸ਼ਰੀਅਤ ਦਾ ਨਹੀਂ ਜੁਰਾਤ ਜੋ ਮੈਂ ਸਮਝਾਵਾ ਆਦੀਏ ਨਹੀਂ ਪਿਉ ਦਫਨ ਦੇ ਹਾਇਓ ਬਚੜਾ ਕੋ ਨਹੀਂ ਲਾਸ਼ਾ ਚਾਹੀਦੀਆਂ ਮਾਵਾ ਤੇਰੇ ਮਜ਼ਹਬ ਵਿੱਚ ਮੈਂ ਸਮਝਾਏ ਸੀ ਨਹੀਂ ਪਿਉ ਦਫਨ ਦੇ ਬਚੜਾ ਕੋ ਨਹੀਂ ਲਾਸ਼ਾ ਚਾਹੀਦੀ ਮੈਂ ਰੋੜੇ ਕੇ ਦੋ ਮਿੰਟ ਹੁਸੈਨ ਰੁਨਾ ਹੈ ਹੁਸੈਨ ਰੁਨਾ ਭਾਈ ਜਾਨ ਜੋ ਨਹੀਂ ਚਾਹੀਦੀ ਆਦਿ ਤੋ ਰੋ ਨਹੀਂ ਸ਼ਾਹ ਲਜਪਾ ਆਲ ਹੈ ਮੈਂ ਅਸਗਰ ਚਾਹੇ ਕਪਰ ਬੜਾ ਫਿਲਹਾ ਰੋਣ ਮੁਕਾਣੀ ਤੂੰ ਆ ਗਈ ਅਸਗਰ ਦੀ ਮਾਂ ਧੁੱਪਾਂ ਤੇ ਬਾਹਣ ਵਾਲੀ ਤੂੰ ਕਪਰ ਬੜਾ ਫਿਲਹਾ ਤਾਂ ਜੰਨਤ ਦੇ ਪੁਰਸਕੂਨ ਮਹੱਲਾ ਦੇ ਪਹੁੰਚਣ ਤੱਕ ਵੀ ਰੋਣ ਹੈ ਰਬਾਬ ਦਾ ਇਹੋ ਵਹਿਣ ਯਾਦ ਕਰਕੇ ਕਿਹੜਾ ਆਦਿ ਆਈ ਚਿਹਰਾ ਹੀ ਲਰਾ ਮੈਂ ਰੇਤ ਬਹੁ ਗਰਾਂ ਮੈਂ ਕਿਵੇਂ ਸਮਸੇ ਮੈਂ ਅਸਗਰ ਇਹਦੀ ਭੇਲ ਦੇ ਖੁੱਲੇ ਚਿਹਰਾ ਲਰੇ ਦਬਾਉ ਗਰਾਂ ਮੈਂ ਕੀ